ਫੈਸਲਾ ਹੋਣਾ, ਪਰ ਜੇਕਰ ਤੁਸੀਂ ਸਾਨੂੰ ਕੁਛ ਨਾ ਦਿੱਤਾ ਤੇ 0-13 ਹੋਣਾ, ਤੁਹਾਡੇ ਹੱਥ 0 ਹੀ ਲੱਗਣਾ, ਜੋ ਇਸ ਸਮੇਂ ਜਿਹੜੀ ਆ ਸਿਨੈਰੀਓ ਚੱਲ ਰਿਹਾ। ਸੋ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ, ਸਮਝੋ, ਨਹੀਂ ਤੇ ਬਿਆਨਾਂ ਜੋਗੇ ਰਹਿ ਜਾਓਗੇ। ਸਾਡੀਆਂ ਮੰਗਾਂ ਮੰਨ ਲਓ, ਪੁਰਾਣੀ ਪੈਨਸ਼ਨ ਬਹਾਲ ਕਰ ਦਿਓ, 15% ਦਾ ਫਾਇਦਾ ਦੇ ਦਿਓ, ਜਿਹੜਾ ਪੰਜਾਬ ਦਾ ਪੇ ਕਮਿਸ਼ਨ ਉਹਨੂੰ ਲਾਗੂ ਕਰ ਦਿਓ, ਏਰੀਆ ਦੇ ਦਿਓ, DA ਦੇ ਦਿਓ, ਤੇ ਨਹੀਂ ਤਾਂ ਫਿਰ ਰਿਜ਼ਲਟ 2024 ਦੀ ਜਿਹੜੀ ਇਲੈਕਸ਼ਨ ਹੁਣ ਆਉਣੀ ਉਹ 'ਚ ਦੇਖੋਗੇ ਦੇਖੋਗੇ। ਗੱਲਾਂ ਉਹੀ ਆ, ਕੋਈ ਬਦਲਾਵ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਮੰਗਾਂ ਦੇ ਵਿੱਚ ਬਦਲਾਵ ਨਹੀਂ ਆਇਆ। ਬਦਲਾਵ 'ਚ ਬਦਲਾਵ ਜ਼ਰੂਰ ਆ ਰਿਹਾ, ਪਰ ਮੰਗਾਂ 'ਚ ਬਦਲਾਵ ਨਹੀਂ ਆਇਆ। ਜੋ ਅਸੀਂ ਕਾਂਗਰਸ ਦੇ ਟਾਈਮ 'ਤੇ ਮੰਗਦੇ ਸੀ, ਅਤੇ ਇਹ ਆਮ ਆਦਮੀ ਪਾਰਟੀ ਕਹਿੰਦੀ ਸੀਗੀ ਕਿ ਅਸੀਂ ਜਿਹੜੀ ਇਹ ਮੰਗਾਂ ਪੂਰੀਆਂ ਕਰਾਂਗੇ, ਸਾਨੂੰ ਇੱਕ ਵਾਰੀ ਮੌਕਾ ਦਿਓ। 2 ਸਾਲ ਤੋਂ ਉੱਪਰ ਦਾ ਜਿਹੜਾ ਮੌਕਾ ਟਾਈਮ ਉਹ ਬੀਤ ਚੁੱਕਿਆ, ਨਾ ਤਾਂ ਸਾਨੂੰ ਅਜੇ ਪੁਰਾਣੀ ਪੈਨਸ਼ਨ ਬਹਾਲ ਹੋਈ, ਉਹਦੀ ਇੱਕ ਟੁੱਟੀ ਜਿਹੀ ਚਿੱਠੀ ਕੱਢੀ ਸੀ ਜਿਸ ਨੂੰ ਅਸੀਂ ਫਾੜਤਾ ਸੀ ਵੀ ਇਹ ਕੋਈ ਨੋਟੀਫਿਕੇਸ਼ਨ ਨਹੀਂ ਹੈ। 2 ਸਾਲ ਬੀਤ ਜਾਣ ਤੋਂ ਬਾਅਦ ਨਾ ਤਾਂ ਉਹਦੇ ਉੱਤੇ ਕਾਰਵਾਈ ਹੋਈ ਹੈ, ਨਾ GPF ਦੇ ਜਿਹੜੇ ਸਾਡੇ ਖਾਤੇ ਖੁੱਲ੍ਹੇ, ਨਾ ਸਾਡੀ ਕਟੌਤੀ ਸ਼ੁਰੂ ਹੋਈ ਹੈ, ਨਾ ਪੁਰਾਣੀ ਪੈਨਸ਼ਨ ਸ਼ੁਰੂ ਹੋਈ ਹੈ। ਇਸੇ ਤਰ੍ਹਾਂ ਹੀ ਜਿਹੜੇ ਬੱਚਿਆਂ ਨੂੰ 15% ਦਾ ਪੇ ਕਮਿਸ਼ਨ ਦਾ ਫਾਇਦਾ ਨਹੀਂ ਮਿਲਿਆ, ਉਹ ਵੀ ਅਜੇ ਤੱਕ ਨਹੀਂ ਦਿੱਤਾ ਗਿਆ। ਈਵਨ ਕਿ ਗੱਲ ਦੇਖੋ, ਜਿਹੜੀ ਸਰਕਾਰ ਕਹਿੰਦੀ ਸੀ ਵੀ ਕੇਂਦਰ ਸਰਕਾਰ ਦੇ ਕਹਿਣ 'ਤੇ ਜਿਹੜੀਆਂ ਸਾਡੀਆਂ ਸਰਕਾਰਾਂ ਚੱਲਦੀਆਂ, ਚਾਹੇ ਉਹ ਕਾਂਗਰਸ ਹੈ, ਇਹ ਖੁਦ ਹੁਣ ਜਿਹੜੀ ਸੈਂਟਰਲਾਈਜ਼ਡ ਹੋ ਗਈ ਦਿੱਲੀ ਤੋਂ, ਜੋ ਜਦੋਂ ਇਹਨਾਂ ਨੇ ਪੰਜਾਬ ਸਰਕਾਰ ਕਾਂਗਰਸ ਨੇ ਪਹਿਲੀ ਨੇ ਜਿਹੜਾ ਸੀਗਾ ਸੈਂਟਰ ਦਾ ਪੇ ਕਮਿਸ਼ਨ ਮੁਲਾਜ਼ਮਾਂ 'ਤੇ ਲਾਗੂ ਕੀਤਾ, ਜਦਕਿ ਪੰਜਾਬ ਦਾ ਪੇ ਕਮਿਸ਼ਨ ਹੈਗਾ ਉਹ ਹੂ ਬਹੂ ਆਮ ਆਦਮੀ ਪਾਰਟੀ ਨੇ ਲਾਗੂ ਕੀਤਾ। ਹੁਣ ਦੱਸੋ ਕਾਂਗਰਸ ਅਤੇ ਇਹਨਾਂ ਦੀਆਂ ਪਾਲਿਸੀਆਂ 'ਚ ਕਿੱਥੇ ਬਦਲਾਅ ਆਇਆ? ਉਹੀ ਜਿਵੇਂ ਉਹ ਚੱਲ ਰਹੇ, ਸਿਰਫ ਬਿਆਨਬਾਜ਼ੀ ਵੱਧ ਗਈ ਆ, ਉਵੇਂ ਬਿਆਨਬਾਜ਼ੀ ਕਰੀ ਜਾ ਰਹੇ ਨੇ, ਲੇਕਿਨ ਕਿਸੇ ਤਰ੍ਹਾਂ ਦਾ ਫਾਇਦਾ ਜਿਹੜਾ ਨਹੀਂ। DA ਏਰੀਅਰ ਜਿਹੜੇ ਸਾਡੇ ਪੈਨਸ਼ਨ ਹੋਣ, 2.5 ਦਾ ਫਾਰਮੂਲਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਆਊਟਸੋਰਸ ਵਾਲਿਆਂ ਲਈ ਪਾਲਿਸੀ ਬਣਾਉਣਾ, ਈਵਨ ਕਿ ਦੇਖੋ ਜਿਹੜੇ ਹੋਮ ਗਾਰਡ ਵਾਲੇ ਰੋਪੜ ਦੇ ਵਿੱਚ ਬੈਠੇ, ਉਹ ਉੱਥੇ ਦੇ ਉੱਥੇ ਬੈਠੇ ਅਤੇ ਉਹਨਾਂ ਨੂੰ 4 ਸਾਲ ਹੋ ਗਏ, ਉਹਨਾਂ ਦਾ ਵੀ ਸਰਕਾਰ ਨੇ ਕੁਛ ਨਹੀਂ ਕੀਤਾ। ਸੋ ਜਿਹੜੇ ਮੰਗਾਂ ਹੈਗੀਆਂ ਮੁਲਾਜ਼ਮਾਂ ਦੀਆਂ, ਜਿਉਂ ਦੀਆਂ ਤੂੰ ਉਵੇਂ ਪਈਆਂ, ਲੇਕਿਨ ਸਰਕਾਰ ਕਿਸੇ ਵੀ ਤਰ੍ਹਾਂ ਦਾ ਸਾਡੇ ਵੱਲ ਧਿਆਨ ਨਹੀਂ ਦੇ ਰਹੀ। ਸੋ ਇਹ ਨਿੱਕੇ ਨਿੱਕੇ ਐਕਸ਼ਨ ਸ਼ੁਰੂ ਹੋ ਗਏ, ਹੁਣ ਵੱਡੇ ਐਕਸ਼ਨ ਨਾਲ ਵੱਧ ਰਹੇ ਹਾਂ। ਪਿਛਲੀ ਵਾਰ ਆਪਾਂ ਵਿਧਾਨ ਸਭਾ ਦਾ ਘਿਰਾਓ ਕੀਤਾ ਸੀ, ਮੈਨੂੰ ਲੱਗਦਾ ਜੇ ਸਰਕਾਰ ਨੇ ਹੁਣ ਸਾਨੂੰ ਨਾ ਬੁਲਾ ਕੇ ਜਿਹੜੀਆਂ ਮੰਗਾਂ ਨਾ ਮੰਨੀਆਂ, ਤਾਂ ਸਾਨੂੰ ਫਿਰ ਕੋਈ ਇਹੋ ਜਿਹਾ ਐਕਸ਼ਨ ਕਰਨਾ ਪਊਗਾ। ਮਜਬੂਰ ਆ, ਕਿਵੇਂ ਜਗਾਈਏ ਕੁੰਭਕਰਨੀ ਨੀਂਦ ਜਿਹੜੀ ਸਰਕਾਰ ਸੁੱਤੀ ਹੋਈ ਆ? ਸਿਰ 'ਤੇ ਇਲੈਕਸ਼ਨ, ਅਸੀਂ ਇਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਜਿਹੜੇ ਬਿਆਨ ਦਿੱਤਾ ਮੁੱਖ ਮੰਤਰੀ ਜੀ ਕਿ 13-0 ਦਾ ਫੈਸਲਾ ਹੋਣਾ, ਪਰ ਜੇਕਰ ਤੁਸੀਂ ਸਾਨੂੰ ਕੁਛ ਨਾ ਦਿੱਤਾ ਤੇ 0-13 ਹੋਣਾ, ਤੁਹਾਡੇ ਹੱਥ 0 ਹੀ ਲੱਗਣਾ, ਜੋ ਇਸ ਸਮੇਂ ਜਿਹੜੀ ਆ ਸਿਨੈਰੀਓ ਚੱਲ ਰਿਹਾ। ਸੋ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ, ਸਮਝੋ, ਨਹੀਂ ਤੇ ਬਿਆਨਾਂ ਜੋਗੇ ਰਹਿ ਜਾਓਗੇ। ਸਾਡੀਆਂ ਮੰਗਾਂ ਮੰਨ ਲਓ, ਪੁਰਾਣੀ ਪੈਨਸ਼ਨ ਬਹਾਲ ਕਰ ਦਿਓ, 15% ਦਾ ਫਾਇਦਾ ਦੇ ਦਿਓ, ਜਿਹੜਾ ਪੰਜਾਬ ਦਾ ਪੇ ਕਮਿਸ਼ਨ ਉਹਨੂੰ ਲਾਗੂ ਕਰ ਦਿਓ, ਏਰੀਆ ਦੇ ਦਿਓ, DA ਦੇ ਦਿਓ, ਤੇ ਨਹੀਂ ਤਾਂ ਫਿਰ ਰਿਜ਼ਲਟ 2024 ਦੀ ਜਿਹੜੀ ਇਲੈਕਸ਼ਨ ਹੁਣ ਆਉਣੀ ਉਹ 'ਚ ਦੇਖੋਗੇ ਦੇਖੋ। ਸਾਡੇ ਨਾਲ ਹੈਗੇ ਨੇ।